ਹਲਕਾ ਜੰਡਿਆਲਾ ਵਿੱਚ ਵਾਲਮੀਕੀ ਹਾਸ਼ਮ ਵੱਲੋਂ, ਗੱਦੀ ਨਸ਼ੀਨ ਸੰਤ ਮਲਕੀਤ ਨਾਥ ਜੀ ਵੱਲੋਂ ਉੱਥੋਂ ਦੇ ਐਸੀ ਭਾਈਚਾਰੇ ਦੇ ਨਾਲ ਮੀਟਿੰਗ ਕੀਤੀ। ਨਾਲ ਹੀ ਉੱਥੋਂ ਦੇ ਹਲਕਾ ਨਿਵਾਸੀਆਂ ਨੂੰ ਇੱਕਜੁੱਟਤਾ ਦੇ ਨਾਲ ਰਹਿਣ ਦਾ ਵਿਸ਼ਵਾਸ ਦਿੱਤਾ। ਇਸ ਮੌਕੇ 'ਤੇ ਧੂਣਾ ਚੇਅਰਮੈਨ ਗੱਬਰ ਅਤੇ ਹੋਰ ਸਾਥੀਆਂ ਨੂੰ ਸੰਤ ਜੀ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਧਾਨ ਦੀ ਨਿਯੁਕਤੀ ਪੱਤਰ ਦਿੱਤਾ ਗਿਆ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਮੈਂ ਸੰਤਾਂ ਨੇ ਆਸ਼ੀਰਵਾਦ ਦਿੱਤਾ ਵਾ, ਮਾਂ ਦਾ ਸੇਵਾ ਕਰਨ ਦਾ ਸਾਰਿਆਂ ਤਨੋ ਮਨੋ, ਅਤੇ ਆਪਣੇ ਵੀਰਾਂ ਭਰਾਵਾਂ ਦਾ ਧੰਨਵਾਦ ਕਰਦਾ ਸਾਰੇ ਆਇਆਂ ਗਿਆਂ ਦਾ ਸ਼ੁਕਰੀਆ। ਹਾਂਜੀ, ਜੈ ਵਾਲਮੀਕੀ, ਹਰ ਹਰ ਵਾਲਮੀਕੀ। ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਲਕੀਤ ਨਾਥ ਜੀ ਧੂਣਾ ਟਰੱਸਟ ਤੋਂ, ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਧਾਨੀ ਜੀ ਨੂੰ ਅੱਜ ਜੋ ਸੇਵਾ ਬਖਸ਼ੀ ਆ, ਅਸੀਂ ਵੀ ਉਹਨਾਂ ਤਨ ਮਨ ਧਨ ਦੇ ਨਾਲ ਹਾਂ। ਔਰ ਜਦੋਂ ਵੀ ਸਾਡੀ ਲੋੜ ਪੈਂਦੀ ਹੈ ਕੌਮ ਵਾਸਤੇ, ਜੋ ਵਾਲਮੀਕੀ ਤੀਰਥ 'ਤੇ ਜਿੱਥੇ ਵੀ ਸਾਡੀ ਲੋੜ ਪਊਗੀ, ਤਨ ਮਨ ਧਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਲਕਾ ਜੰਡਿਆਲੇ ਦੀ ਅਵਤਾਰ ਸਿੰਘ ਦੀ ਧਾਮੀ ਨੂੰ ਇੰਚਾਰਜ ਬਣਾਇਆ ਗਿਆ, ਜਿਹਦੇ ਉੱਤੇ ਅਸੀਂ ਆਸ ਰੱਖਦੇ ਹਾਂ ਕਿ ਪਾਵਨ ਵਾਲਮੀਕੀ ਤੀਰਥ ਉਹਨਾਂ ਸਾਹਿਬ ਵੀ ਕਾਫੀ ਵੀ ਕਰੇਗਾ, ਮਦਦ ਵੀ ਕਰੇਗਾ ਆਪਣੇ ਇਲਾਕੇ ਦੇ ਵਿੱਚ ਨਸ਼ਿਆਂ ਤੋਂ ਰਹਿਤ ਲੋਕਾਂ ਨੂੰ ਕਰਵਾਉਣ ਵਾਸਤੇ ਪ੍ਰਚਾਰ ਵੀ ਕਰਿਆ, ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਵੀ ਸਹਾਇਤਾ ਕਰੇਗਾ। ਅਸੀਂ ਬਿਲਕੁਲ ਆਸ ਰੱਖਦੇ ਹਾਂ ਕਿ ਅਵਤਾਰ ਸਿੰਘ ਧਾਨੀ ਚੜ੍ਹਦੀ ਕਲਾ ਵਾਲੇ ਪਾਸੇ ਜਾਵੇ। ਧੰਨਵਾਦ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਹਾਂਜੀ, ਜੈ ਵਾਲਮੀਕੀ, ਹਰ ਹਰ ਵਾਲਮੀਕੀ। ਮੈਂ ਸੰਤ ਮਲਕੀਤ ਨਾਥ ਪਾਵਨ ਵਾਲਮੀਕੀ ਤੀਰਥ, ਅੱਜ 10 ਤਰੀਕ ਨੂੰ ਜੋ ਗੁਰੂ ਕਾ ਜੰਡਿਆਲਾ ਹਲਕੇ ਦੇ ਵਿੱਚ ਚੇਮੀ ਜੀ ਨੂੰ ਜਿਹੜਾ ਉਹ ਪ੍ਰਧਾਨ ਬਣਾਇਆ ਗਿਆ ਵਾ ਅਤੇ ਟਰੱਸਟ ਦਾ ਜਿਹੜਾ ਵਾਅਦਾ ਕੀਤਾ ਗਿਆ ਵਾ, ਇਹਨਾਂ ਨੂੰ ਸੇਵਾ ਹਲਕੇ ਦੀ ਲਾਈ ਗਈ ਆ ਕਿ ਤਨ ਮਨ ਧਨ ਦੇ ਨਾਲ ਜਿਹੜੀ ਉਹ ਧੂਣਾ ਸਾਹਿਬ ਟਰੱਸਟ ਔਰ ਪਾਵਨ ਵਾਲਮੀਕੀ ਤੀਰਥ ਦੀ ਸੇਵਾ ਕਰੂਗਾ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਸਾਡੇ ਨਾਲ ਧੱਕੇਸ਼ਾਹੀਆਂ ਤਾਂ ਹੀ ਹੁੰਦੀਆਂ ਕਿਉਂਕਿ ਅਸੀਂ ਇਕੱਠੇ ਨਹੀਂ ਆ। ਅਸੀਂ ਕੀ ਕਰਦੇ ਹਾਂ, ਜਿਹੜਾ ਸਾਡਾ ਕੋਈ ਭੈਣ ਭਰਾ ਤਾਂ ਚੜ੍ਹਦਾ, ਅਸੀਂ ਉਹਦਾ ਸਾਥ ਨਹੀਂ ਦੇਣ ਜੋਗੇ, ਅਸੀਂ ਉਹਦੀ ਲੱਤ ਖਿੱਚਦੇ ਹਾਂ ਕਿ ਇਹ ਯਾਰ ਤਾਂ ਨਾ ਚੜ੍ਹ ਜੇ। ਤੇ ਜੇ ਅਸੀਂ ਆਪਣੇ ਭੈਣ ਭਰਾ ਦਾ ਸਾਥ ਦੇਵਾਂਗੇ ਤੇ ਉਹ ਸਾਡੇ ਕੰਮ ਆਊਗਾ। ਇਸ ਕਰਕੇ ਜੇ ਸਾਡਾ ਇੱਕ ਭਰਾ ਗਾੜੀ ਲੱਗਾ ਤੇ ਸਾਡਾ ਫਰਜ ਬਣਦਾ ਕਿ ਅਸੀਂ ਉਹਦੇ ਲਾਈਨ ਬਣਾ ਕੇ ਮਗਰ ਚੱਲੀਏ। ਜੇ ਅਸੀਂ ਲਾਈਨ ਬਣਾ ਕੇ ਮਗਰ ਚੱਲਾਂਗੇ ਤੇ ਲਾਈਨ ਦੇ ਵਿੱਚ ਵੀ ਅਗਲੇ ਨੂੰ ਪਤਾ ਲੱਗੂ ਕਿ ਇਹਨਾਂ ਦਾ ਹੈਗਾ, ਤੇ ਜੇ ਅਸੀਂ ਵੱਖੋ ਵੱਖ ਚੱਲਾਂਗੇ ਤੇ ਸਾਨੂੰ ਸਾਰੇ ਹੀ ਤੋੜ ਦਿੰਦੇ। ਇਸ ਕਰਕੇ ਸਾਰੇ ਹੀ ਹੁਣ ਤੱਕ ਸਾਨੂੰ ਵਰਤਦੇ ਆਏ ਆ ਤੇ ਅਜੇ ਵੀ ਵੇਲਾ ਕਿ ਆਪਾਂ ਸੰਭਲ ਜਾਈਏ। ਇਹ ਜਥੇਬੰਦੀਆਂ ਨਾ ਆਉਣ ਤੇ ਸਾਨੂੰ ਮਜਬੂਰ ਕਰ ਦੇਣੇ। ਇਸ ਕਰਕੇ ਜਿੰਨਾ ਵੀ ਪ੍ਰਭਾਵ ਆ ਉਹ ਜਥੇਬੰਦੀਆਂ ਦਾ ਕਰਕੇ ਹੀ ਆ। ਜੇ ਸਾਡੇ ਭੈਣ ਭਰਾਵਾਂ ਨਾਲ ਧੱਕੇ ਹੁੰਦੇ ਆ, ਜਥੇਬੰਦੀਆਂ ਨਾ ਆਉਣ ਤੇ ਸਾਨੂੰ ਇਹ ਸੜਕਾਂ ਦੇ ਰੋਲ ਨੂੰ ਮਨਜ਼ੂਰ ਕਰ ਦੇਣ। ਤੇ ਅੱਜ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਧਾਨੀ ਵੀਰ ਜੀ ਜੋ ਸਮਾਜ ਦੇ ਵਿੱਚ ਵਿਚਰਨ ਲੱਗੇ ਆ, ਅੱਜ ਉਹਨਾਂ ਨੂੰ ਜਿਹੜਾ ਬਾਬਾ ਮਲਕੀਤ ਨਾਥ ਜੀ ਜੋ ਸਿਰਪਾ ਉਹ ਦੇਣਗੇ ਤੇ ਮੈਂ ਉਹਨਾਂ ਤੋਂ ਆਸ ਤੇ ਉਮੀਦ ਰੱਖਦਾ ਵੀਰ ਕੋ ਕਿ ਪੂਰਾ ਤਨ ਮਨ ਧਨ ਦੇ ਨਾਲ ਲਗਨ ਦੇ ਨਾਲ ਸਮਾਜ ਦੀ ਸੇਵਾ ਕਰਨਗੇ। ਕਿਸੇ ਵੀ ਭੈਣ ਭਰਾ ਤੇ ਕੋਈ ਵੀ ਭੀੜ ਬਣਦੀ ਆ ਤੇ ਤੁਸੀਂ ਉਹਨੂੰ ਵੀਰ ਨੂੰ ਦੱਸ ਸਕਦੇ ਜੇ। ਸਾਡੀ ਵੀ ਰੰਗਰੇਟਾ ਯੂਥ ਏਕਤਾ ਜਥੇਬੰਦੀ ਵੀਰ ਦੇ ਨਾਲ ਆ ਜੋ ਸਿੰਘ ਸਾਹਿਬ ਜਹੇਦਰ ਬਾਬਾ ਮੇਜਰ ਸਿੰਘ ਜੀ ਸੋਢੀ ਮੁਖੀ ਦਸ਼ਮੇਸ਼ ਤਰਾਂ ਦਲ ਉਹਨਾਂ ਦੀ ਅਗਵਾਈ ਹੇਠ ਚੱਲਦੇ ਹਾਂ। ਅਸੀਂ ਵੀ ਆਪਣੇ ਭੈਣ ਭਰਾ ਵਾਲੀ ਹਮੇਸ਼ਾ ਹੀ ਕਿਸੇ ਵੀ ਭੈਣ ਭਰਾ ਦੇ ਨਾਲ ਕੋਈ ਧੱਕਾ ਦਾ ਤੇ ਅਸੀਂ ਉਹਦੇ ਹੱਕ ਦੇ ਵਿੱਚ ਖੜੇ ਹਾਂ। ਤੇ ਇਸ ਕਰਕੇ ਅਸੀਂ ਵੀ ਵੀਰ ਦੇ ਪੂਰਾ ਨਾਲ ਆ, ਪੂਰਾ ਸਾਥ ਦੇਵਾਂਗੇ। ਜਦੋਂ ਵੀ ਸਾਡੀ ਲੀਡ ਲੋੜ ਪਊਗੀ ਵੀਰ ਸਾਨੂੰ ਫੋਨ ਮਾਰੂਗਾ। ਕਿਸੇ ਵੀ ਭੈਣ ਭਰਾ ਦੇ ਨਾਲ ਕੋਈ ਵੀ ਧੱਕਾ ਦਾ, ਅਸੀਂ ਇੱਕਮੁੱਠ ਹੋ ਕੇ ਤੇ ਕੰਮ ਕਰੀਏ ਸਮਾਜ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।